सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। यू आर वॉचिंग NC7 न्यूज हर खबर ते नजर। सिटी पुलिस गुरदासपुर ने शहर के बाहर रिहायशी इलाकों में छापेमारी करके एक गोदाम चौक भारी मात्रा में पटाखे बरामद किए और गोदाम को सील कर दिया है। DSP क्राइम कुलविंदर सिंह ने बताया कि सानू गुप्त सूचना मिली थी कि शहर के बाहर GT रोड के एक गोदाम में भारी मात्रा में पटाखे नाजायज ढंग से रखे हुए हैं। सूचना के आधार पर सिटी पुलिस ने CIA स्टाफ को नाल लेके मौके पर छापेमारी की गई तो यह गोदाम बंद पड़ा था, जिससे गोदाम के इमारत के मालिक को मौके पर बुला के लगे ताले तो मारे गए। ਇਨਫੋਰਮੇਸ਼ਨ ਮਿਲੀ ਸੀ ਕਿ ਰੋੜਾ ਹਸਪਤਾਲ ਬਟਾਲ ਰੋਡ ਦੇ ਸਾਹਮਣੇ ਕੋਈ ਗੁਰਜੰਡ ਸਿੰਘ ਦੀ ਗੋਦਾਮ ਹੈ ਜਿਹੜਾ ਕੋਹਾਨੀ ਮਨੀ ਨੇ ਕਿਰਾਏ 'ਤੇ ਲਿਆ, ਜਿੱਥੇ ਕਾਫੀ ਮਾਤਰਾ 'ਚ ਪਟਾਕੇ ਪਏ ਨੇ। ਜੋ ਅਸੀਂ ਆਏ ਹਾਂ ਜਾ ਕੇ ਦੇਖਿਆ ਗੋਦਾਮ ਦੇਖਿਆ ਅਤੇ ਗੁਰਜੰਡ ਸਿੰਘ ਤੋਂ ਖੁਲਾ ਕੇ ਦੇਖਿਆ ਜਿਸ 'ਚ ਕਾਫੀ ਮਾਤਰਾ 'ਚ ਪਟਾਕੇ ਪਏ ਨੇ ਅਤੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਆ ਉਹ ਕਾਰਵਾਈ ਕੀਤੀ ਜਾ ਰਹੀ ਆ। ਸਰ ਕੀ ਲੱਗਦਾ ਕਿੰਨੇ ਕੁ ਪਟਾਕੇ ਹੋਣੇ, ਕਿੰਨੀ ਮਾਤਰਾ ਵਿੱਚ ਹੋਣਗੇ ਅਤੇ ਕਿੰਨੇ ਕੁ ਗੁੜੇ? ਇਹ ਕਮ ਸੋ ਕਮ ਕੋਈ ਗਿਣਤੀ ਨਹੀਂ ਕੀਤੀ, ਇਸ ਵੇਲੇ ਮੈਂ ਕਰੈਕਟ ਨਹੀਂ ਕਹਿ ਸਕਦਾ, ਲੇਕਿਨ ਘੱਟੋ ਘੱਟ ਤੱਕ ਟਰੈਕ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦ ਗੋਦਾਮ ਦਾ ਸ਼ਟਰ ਖੋਲਿਆ ਤਾਂ ਉਸ ਚਿਕ ਟਰੱਕ ਤੋਂ ਜ਼ਿਆਦਾ ਪਟਾਕੇ ਭਰੇ ਮਿਲੇ, ਪਰ ਇਸ ਪਟਾਕੇ ਦਾ ਮਾਲਕ ਮੌਕੇ ਤੇ ਹਾਜ਼ਰ ਨਾ ਹੋਣ ਕਾਰਨ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਸੰਬੰਧੀ ਹੁਣ ਮਾਲਕ ਜਾਂ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਸ ਗੋਦਾਮ ਨੂੰ ਚੈੱਕ ਕੀਤਾ ਜਾਵੇਗਾ। ਯੂ ਆਰ ਵਾਚਿੰਗ NC7 ਨਿਊਜ਼ ਹਰ ਖਬਰ ਤੇ ਨਜ਼ਰ।